ਮਿੰਨਤ ਨਾਲ ਵਿਰਾ ਰਜਨਾ ਜਮਨ ਸਿੰਘ ਨਾ ਦੇਸੀ ਤਖਸੇ ਸਿੰਘ ਮੋਤਬਰ ਸ਼ਖਸੀਅਤ ਖਾਨਦਾਨ ਦੀਆਂ ਤਸੱਲੀਆਂ ਦੇ ਦੇ ਕੇ ਚੁੱਪ ਕਰੇ ਸਿੰਘ ਨੌ ਬਿਰਾਵਾਂ ਦੇ ਕੇ ਕਫਰ ਲਾਸ਼ੇ ਯਾਰਾਂ ਦੀ ਫਜਰ ਮਕਤਲੇ 'ਚ ਆਈ ਲਿਬਾਸ ਦਾ ਰੰਗ ਕਾਲਾ ਹੈ ਜਦੋਂ ਉੱਠੀ ਗਈ ਉਸ ਵਕਤ ਰੰਗ ਲਾਲ ਆਏ ਮੇਰਾ ਬਾਬਾ ਮਰਹੂਮ ਪੜਦਾ ਨਾ ਮਰਜ਼ੀ ਨਾਲ ਆਈਏ ਦਾਮਨ ਸਾਹਿਬ ਵਿੱਚ ਰਿਵਾਇਤ ਮੌਜੂਦ ਹੈ ਕਰਬਲਾ ਤੋਂ ਬਾਅਦ ਜਿਹੜੀਆਂ ਸਵਾਰੀਆਂ ਬੀਤੀਆਂ ਨੇ ਉਹ ਬਿਲਕੁਲ ਉੱਠਾ ਇਹਨਾਂ ਉੱਠਾਂ 'ਤੇ ਕਦੇ ਕੋਈ ਮੁਸਾਫਿਰ ਤਜਾਰਤ ਦਾ ਸਾਮਾਨ ਨਹੀਂ ਰੱਖਿਆ ਜਿਸ 'ਤੇ ਸੈਣੀ ਸਵਾਰ ਖਾਕਸਤਰੀ ਰੰਗ ਦਾ ਉੱਠੇ ਭੂਰੇ ਰੰਗ ਦਾ ਜਿਸ 'ਤੇ ਆਲੀਆ ਸੈਣ ਸਵਾਰ ਹੋਈ ਹੈ ਇਸ ਉੱਠ ਹਰ ਉੱਠ ਦੀ ਗਰਦਨ ਨਾਲ ਗਰਦਨ ਲਾਈਏ ਤੂੰ ਗੱਲ ਕਰੇ ਤਾਂ ਬੈਠੇ ਉੱਠ ਦਾੜਾ ਮਾਰ ਕੇ ਰੋਂਦੇ ਹਨ ਹੈਵਾਨ ਰੁਮਿਨ ਤੋਂ ਕਹਿੰਦੇ ਦੁੱਖ 'ਚ ਦੁੱਖ ਵੰਡਾਵਣ ਆਵੇ ਨਾ ਦੁੱਖ ਵੱਧ ਪੈਂਦਾ ਬਿਆਨ ਲੈਣਾ ਹੈਵਾਨ ਨਾ ਕਰਾਉਣ ਵਾਲੀ ਜਸਮਤ ਪੁੱਛਿਆ ਸੀ ਮਾਨ ਬਚੜਾ ਉੱਠ ਆਖੇ ਅੱਗੇ ਹੈ ਸਾਰੇ ਰੋਵਣ ਲੱਗ ਗਏ ਅਤੇ ਫੁੱਫੀ ਅਮਨ ਮੁਬਾਰਕ ਕੋਈ ਉਮਤੀਆਂ ਨਹੀਂ ਪਹਿਚਾਣੀਆਂ ਹੈਵਾਨ ਪਹਿਚਾਣ ਗਏ ਹਰ ਉੱਠ ਤੋਂ ਪਿਆਰ ਹੈ ਆਰਾਮ ਨਾਲ ਉਠਾਏ ਮੇਰੀ ਕਣ ਤੇ ਆਲੀਆ ਸਵਾਰ ਭਾਈਜਾਨ ਬਿਲ ਪਲਾਣੇ ਉੱਠ 1600 ਮੀਲ ਦਾ ਪੰਨ ਉਹ ਵੀ ਰੁੱਝੇ ਹੱਥਾਂ ਨਾਲ ਨੌ ਮੀਲ ਸ਼ਾਮ ਤੋਂ ਪਹਿਲੇ ਜਿਹੜੀ ਗੱਲ ਬਾਬਾ ਜੀ ਕੀਤੀ ਮੈਂ ਰਜ਼ਾਤ ਨਹੀਂ ਮੈਂ ਕੀਤੀ ਨਿਰੰਤਰ ਰੋਕ ਗਿਆ ਕਮੀਨੇ ਦਾਰ ਡਰਾਏ ਸਜਾਦ ਦੇ ਪਰਦਾਦਾਰ ਪੈਦਲ ਆ ਤੇਰੇ ਮਜਮੇ 'ਚ ਬਾਬਾ ਜੀ ਕੋ ਬੈਠਾ ਹੋਇਆ ਸਿਹਤਮੰਦ ਨੌਜਵਾਨ ਬੱਚਾ ਮਾਤਮੀ ਹਲਕੇ ਦਾ ਜ਼ਨੀਰ ਜਾਮੀ ਬਿਨ ਪਲਾਣੇ ਉੱਠਦੇ ਆਜ਼ਾਦ ਹੱਥਾਂ ਨਾਲ ਦੋ ਮੀਲ ਦਾ ਸਫ਼ਰ ਨਹੀਂ ਕਰ ਸਕਦਾ ਮੇਰੀ ਸਾਇਣ ਕੀਤਾ 1600 ਮੀਲ ਦਾ ਪੰਨ ਜਿਹੜਾ ਬੰਦਾ ਮਜਲਿਸ ਬਾਇਕ ਬੈਠਾ ਸੁਣਦਾ ਤੇ ਥੱਕ ਪਿਆ ਉਸ ਬੰਦੇ 'ਤੇ ਮੇਰਾ ਸਵਾਲ ਹੈ ਮੇਰਾ ਬਾਬਾ ਮਰਹੂਮ ਇੱਕ ਲਫ਼ਜ਼ ਪੜ੍ਹਦਾ ਉਹਦਾ ਮਹੀਨਾ 30 ਦਿਹਾੜਿਆਂ ਦਾ ਹੁੰਦਾ 6 ਦਿਹਾੜੇ ਉੱਤੇ ਲੱਗਣ ਕਰਬਲਾ ਤੋਂ ਸ਼ਾਮ ਜਿੱਥੇ ਵਿਰਾਤ ਅਸਰ ਪਹਿਲੇ ਦਰਬਾਰ ਵਾਲੇ ਪਾਸੇ ਇਨਾਮ ਦੇ ਲਾਲਚ ਤੋਂ ਲੈ ਕੇ ਤੁਰ ਪਏ ਇਸ ਕਮੀਨੇ ਦਾ ਡਰ ਆਇਆ ਅਲੀ ਦੀ ਅਲੀਅਤ ਤੁਰ ਕੇ ਆਉਂਦੇ ਇੱਥੇ ਕੋਈ ਗੱਲ ਸੱਜਾਦ ਨੂੰ ਸਮਝਾਉਣ ਵਾਸਤੇ ਜੋ ਭੈਣਾਂ ਦੇ ਦਿਲ ਵਿਰਾਵਾਂ ਵਾਸਤੇ ਕਿਤਨੇ ਕੁ ਨਾਜ਼ੁਕ ਹੁੰਦੇ ਨੇ ਵਿਰਾ ਅਮੀਰ ਹੋਵੇ ਨਾ ਭੇਣ ਗਰੀਬ ਹੋਵੇ ਮੈਂ ਸਿਆਮ ਈਦ ਪੰਜਾਬੀ ਹੈ ਪਿਓ ਤੋਂ ਬਾਅਦ ਸੰਭਾਲਾ ਕਰੋ ਬੇਟਾ ਨਾਲ ਵਿਆਹ ਹੋਵੇ ਅਗਰ ਵਿਰਾ ਅਮੀਰ ਹੋਵੇ ਤਾਂ ਭੇਣ ਗਰੀਬ ਵਿਰਾ ਤਾਮੁਲ ਕਰੇ ਸੀ ਬੀਵੀ ਦੇ ਸਾਹਮਣੇ ਬੱਚਿਆਂ ਦੇ ਸਾਹਮਣੇ ਕਿਸੇ ਨਾ ਕਿਸੇ ਮਹਿਫਿਲ ਵਿੱਚ ਜ਼ਿਕਰ ਕਰਦਾ ਸੀ ਇੰਨੀ ਹੁੰਦਾ ਵਿਰਾ ਹਰੀਫ ਹੋਵੇ ਭੇਣੀ ਅਮੀਰ ਹੋਵੇ ਫਿਤਰੀ ਬਾਤ ਹੈ ਅਗਰ ਉਹ ਭੇਣ ਵਿਰਾ ਨਾਲ ਇਮਦਾਦ ਕਰੇ ਸੀ ਤਾਂ ਉਹ ਲੁਕ ਸੀ ਉਹ ਜ਼ਮਾਨੇ ਕੋਲ ਨਾ ਸਹਿ ਸੀ ਕਿਉਂਕਿ ਉਹ ਪਤਾ ਹੁੰਦਾ ਗਰੀਬ ਹੈ ਤਾਂ ਮੇਰਾ ਮਨ ਭਲਾ ਹੋਏ ਜਦੋਂ ਗੱਲ ਦੀ ਸਮਝ ਆਈ ਦੱਸਣਾ ਚਾਹੁੰਦੀ ਆ ਇਸ ਭੈਣ ਵਿਰਾ ਦੀ ਮੁਹੱਬਤ ਵਿੱਚ ਵਿਰਾ ਦੀ ਉਲਫਤ ਦੇ ਜ਼ੇਵਰ ਪਾ ਕੇ ਮੈਂ ਗੱਲ ਫਿਤਰਤ ਦੀ ਕੀਤੀ 1600 ਮੀਲ ਦਾ ਬੰਦ ਕਰਕੇ ਮੈਂ ਲਫ਼ਜ਼ ਇਸਤੇਮਾਲ ਕੀਤਾ ਜੋ ਥੱਕ ਗਈ ਹੈ ਤੇ ਆਖਿਆ ਮੈਂ ਨਾ ਤੁਰ ਸਕਦੀ ਮੇਰਾ ਬਾਬਾ ਮਰਹੂਮ ਦਾ ਸਜਾਦ ਨੂੰ ਦੱਸਣਾ ਚਾਹੁੰਦੀ ਹੈ ਜੋ ਭੈਣਾਂ ਦੇ ਦਿਲ ਵਿਰਾਵਾਂ ਵਾਸਤੇ ਕਿਤਨੇ ਕੁ ਨਾਜ਼ੁਕ ਹੋਏ ਇੱਕ ਪਹਿਲੇ ਇਨਕਾਰ ਕਰਕੇ ਕਿਸਮਤ ਥੱਕ ਪਈ ਹੈ ਮੈਂ ਨਹੀਂ ਤੁਰ ਸਕਦਾ
इमाम चूंकि बतूल आई आखिर इमाम बचड़ा में थक पैया मैं नहीं छोड़ सकता। इमाम खामोश हो गए। इमाम का चुप करना जो माँ पैया थी यह कमी नहीं आपके इमाम सज्जाद की कर्म शतर लिखने हाय करमला जामे शाह ले ओदी निकली है जो पता है जो कलम सतर ना लिखी जड़ी कलम जाल में इस्तेमाल की थी सुरख स्याही सज्जाद की कर्म के जख्मी करना ले ठुफी का दामन हिला के आके ओसले तुरसे जले सज्जाद मरवे अहमद मेरा सजाद शहीद हो गया फिर नल बाजार कौन कुर्सी हाय अहमद मैं इस भीड़ च मर गई मेरा रस्सिया ने जनाजा कड़िया ने हथ से कौन चाहिए बुजुर्ग बेहतर जानते हैं एक मील च कितने किलोमीटर होंगे ये भी पैदल चुके नौ मील पैदल करके बाबो साहब घंटिया वाला दरवाजा है जिते सैनी त्राए की खड़ी खड़ी बाबो साहब तो दरबारे गली आलम दीन मेरे बाद मेंबर पर बैठे बड़े जिम्मेदार शख्सियत है अल्फल कसमन पुछ लिया शाम तेरे घर तू जाकर पढ़ते ही नहीं मेरे बुजुर्ग पढ़ते बैठते रह के चलो मैं कसरत नाल दूर दुख पढ़े शाम का दाखला और सैयदा का हक बदल वाहे शाम में जिते आग ते पत्थर की बारिश और इतने त्राए दफा इमाम सजाद आखे अमड़ी में को न जाए इतने सकीना त्राए दफा बिरा कोल पूछे हाए भी मेरी सैन के त्राए सवाल एक केड़ा खोल के जिते बारिश का पानी गर्म नहीं जिते बारिश पत्थर नहीं है जिते बारिश अग नहीं है इमाम के सकीना आए 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 आज तक बंदे चूंकि मैं ना हमवार नहीं जहाज की सवारी है चार साढ़े चार घंटे की बाया फ्लाइट से ही बंदा जल्द लंघ है चाचा और किला करते मैं थक गया तो देखो मुसलसल सोलह सौ मील पेन पलाने उठती कड़ते सफर करें दे गुजरे जो खड़ी रही है नाल जड़े यतीम हैं जड़े बच्चे हैं उन्होंने पैर च ना लैन कोई तुहाडे इलाके च अठारह जेठ का हाड़ मनाए पैंदे अठारह जेठ दस मुहर्रम साढ़े पासे दा हाड़ दस मुहर्रम मनाई जेठ हाड़ की गर्मी है जड़े शाम के बारो खड़ी न रही जमीन मिस लंगा रहे हैं नंगा पैर जमीन च नहीं रख सकेगा बाल साया मंगते हैं मावा दिन सारे पैर से पैर रख जल्द बच्चे मावा के पैर से पैर रखे ना उस बीवी फिरा का ना मिट्टी से लिख के रो गया तो जल्द ना पुस बनिया करबला का मुंह करके क्या तेरी निब गई भैन रोल गई हुसैन तबलीग सुनावा या तेरे रुले यतीम संभाला अगर शिया रोंदे मैं तो मर क्यों नहीं मैं सैयद मामा सैयद आती है मैं नौकरानी का पुत्र जिथे जिथे को सैयद बैठे मेरे बंदे हाथ है तेरे दुखे मैं को माफ कराए कमियां दियां धीया चाचा खत लिखी जड़िया तेरे शहर के बारो खड़िया ने आम नहीं अली दियां तीन हुसैन दियां फेड़िया तू तो जान दे जो बहुत बदर अली सारे कैसे कैसे जवान मारे अस अली तो बदले नहीं ला सकी किस्मत नाल ज़ैनब शाह एक कमीनी औरत लिखे मेरे बूहे ते आसी में पत्थर सड़े भैया जी मैं पुराने कपड़े ना गले सा मैं बाहर सा भैया जी मैं उबलता होया गरम पानी हाय 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 जिस आखे चांस हुए इमाम हुसैन के सदमा का मर
جنازے والے گھر بندے فجر تے بہ کے رونے رو 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 جنے جنازہ چویمن دی واری آندی ہے نا وہ اتنا ایک روئی بیٹھے انہوں نے آنسو مک جنے آنسو مک وجن وقت انہوں نے ہائے ہائے اس ویلے جن لوگ جنازہ چاہن اس ویلے پڑھنا ہوئے جنازہ بھائی اک کھول کے چھوٹے بھائی جنازہ کا جنازہ آن تو پہلے لوگ سفا سیدھی اس ویلے کرتے ہیں لگتے ون چاہتے بیڑی اچا رونی ہے پردہ دار ضرور اچا رونا وہ جڑی ہائے ہوتی ہے اس ہائے نال سفا سیدھی ہو گئی وہ جڑیاں رو کے جنازہ باہر بھی جنگیاں آپ بوہے چکڑ دیئے دیئے ہوئے پیو دا جنازہ ہوئے بھیڑی ہوئے بھیرا دا جنازہ ہوئے کہ انہوں نے فطرت شامل ہے انہوں نے کھلو کے بابا جی انہوں نے پوری بچھائی ہے وہ کھلو کے بے دیئے ہیں جنازہ پڑھنا لے کتنے آئے کیا سانے سارے رشتہ دار ہیں کوئی نہ آوے تو وہ ارمان لائے کھلو گے ہاں رشتے دار دی صف وچ کوئی غیر آپ کھلو گے جڑا دکھ وچ روے بس رو رو جتنی تھکی ہوئی دھی ہوے جتنی تھکی ہوئی بھیڑ ہو وہ پوچھ سی خالی چار پائی دن کھارا سی بیرام کو اس حد رشتے دار تو نہیں ہائی تک ہو ہے لیکن روندا رشتے داروں تو سونا کر ادھا دکھ موک میں جڑے بھیرا تلک نہ سینا بابے دا تلک نہیں فلاں شہر دا ہے سارے بھیران کا تلہ کئی فلاں شہر دائی اسے اطلاع دیتی ہے شریک ہوئے سیرے برمہ نہیں سارے نل قبرستان دا بندی کی تس شارہ شیعہ نو ہے جن رہائے کا نکلے امام دی مجلس سے جن رہائے سوڑ گئے پردیج بیٹھی زخمی کرنا والی شکینہ پوچھ دیئے پھوپی امان رو مڑا لے میرے ہی لگ رہا اینا لاندہ نائی نتھا جنا گستہ نائی نتھا جنا قاتل دیا منتا کرے بلا ہو پہلا ہو گئی تیری آواز ملن تو ہی میں بیٹھ سناوا پیارے بھائی کے حوالے سے بول کر صدقہ بازار اعلان ہوئے پتھر مارو باغی دی بہن آ گئی بابا جی حکم دیتا ہے تھوڑی وضاحت نال جب پڑھے ہیں وسط ویلے دی کنی دے جے دلا ہند پتھر مارو باوی دیا مہینہ تیری آئے بلن لو یہ ہر کہلان سنے جیوے ہلنا سنے کہ نہیں سنے آرام بھول گیا اس پیرے تل زمین نکل گئی اٹھی ہے دوڑی محل دے دروازے تے لگی آئی بھائی جن در کھولے لگی آدھی آدھی ملے دیا آدھائی اپنے آپ آدھی نوے دی بزار مدھا آلیا نراز ہوئے اس بندے دے ضرور رہنا صرف جڑا امیر گھر تو آیا بیٹھے دے گھر نوکر دے نوکرانی ہم کم کرے دی مجلس مکے گھر جوے آئے تیرے نوکر دا جرم نو پکا مو کر کے بھائی جان جھڑک دے آئے گئے گزرے دورے چھنو کر دے نمک دا حیاء کر ویسے ایک لازہ کھڑی رہی لہدے تو بات کل باب ہوئے چار کنی نم حل چھتا کھلوئی اتبا نمی کنیزے جنے کھلے ویمال ہدا حد نہ پیائے لکران جرت نال حد چھڑائے دو قدم پچھا حد کیا دیا حد نلا تیرا شوہر ظالے میں حدی زبان زبال دنو کرانی بادشاہ جنو دوئے جالے مکھ جڑا جنو دوئے کی تجری سزا قتل بڑھ دیئے آدھیے بے شک قتل کرا پر میں سچا کہے ملالا پہلے میں بزار چھپے گزر دیا ہے ایلالو اے پتھر مارو باوی دیا مہین آگئی ہے آدھیے حیرالو یا ایک پردے دارا نہ کاملا ہے کپڑے کالے آئے نہ ہاتھ متھے آئے آدھیے تیرے بے دیا ہے مجھے
ادیہ سیاہ لباس غمدی علامت کائیں دے میں جرم اوڑ دی دلیل نہیں تے میرے شوہر نو ظالم ہائے 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 جس بندے دا لین بازار چوے ادیہ من میں نہیں سیاہ لباس غمدی علامت دے کی تو دا قانون کڑی ہے کائی کہہ دی دعا ہے پردادار چوے چھائی پردادار جھڑ دے آئے اور تا پتھر سنے دیا ہے پتھران دی برسات آئی کافلے دی سلار آئی جینا لال زینب او دا بلال لیت سوارا بلال وادی آئی پڑھ تیری گھر والی قیدیاں نو ملنا چاہندی ہے ہائے 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 کامے جالے سپاہیاں اطلاع دتی ہے بدمعاش شرابی سر جائے ادے آخر ملکہ شام ہے اگر قیدیاں نو ملنا چاہندی ہے علیحدہ مکان خالی کراؤ محل تو لے کے مکان تائیں کناتا لواؤ کلینا بچھاؤ خون دی سیائی نال لکھے ہویا شیر بہنی دے گیت لگیا کلاتا ہری مٹی تے بائے کے روئے لا بہنا درمیان کنیر کرسی رکھی کرسی آئیے بتول نو پتہ لگی ہے یا جائے جتھے مینوں نوکرانی ملنا عادل ذاکر رہن واسطے ستری وے تدا سہارا لین دعا منگو کوئی وسط بادشاہ لو جڑے اجڑے پہ جڑا نال نوکر لوے کدیجا نے دائرے چ محل تو پہلا قدم بہ رکھیا ہے جج بندے ہتھ نال بھی ملے نہ مٹھیے ایک ایک پردہ دار دے سامنے ہاتھ جوڑے کم جا لے آؤ بیبیاں دی مائیاں دیوالا تو کر لو کوئی نہ بول